ਅੱਜ ਦੀਆਂ ਖਬਰਾਂ ਵਾਲਾ ਇਹ ਤੇ ਪੈਂਸਿਲਵੇਨੀਆ ਦੇ ਵਿੱਚ ਇੱਕ ਕੈਦੀ ਜੋ ਪਿਛਲੇ 14 ਦਿਨਾਂ ਤੋਂ ਭੱਜਿਆ ਹੋਇਆ ਸੀ ਉਸ ਨੂੰ ਫਾਈਨਲੀ ਉੱਥੇ ਦੀ ਪੁਲਿਸ ਨੇ ਫੜ ਲਿਆ ਹੈਗਾ ਡਾਨੈਲੋ ਕਵਲਾ ਕੈਂਟੇ ਉਸ ਨੂੰ ਚੈਸਟਰ ਕਾਉਂਟੀ ਪੈਂਸਿਲਵੇਨੀਆ ਦੇ ਵਿੱਚ ਫੜਿਆ ਗਿਆ ਉਹ ਕਹਿੰਦੇ ਭਈ ਜੇਲ੍ਹ ਚੋਂ ਭੱਜਿਆ ਸੀ ਉਸੇ ਕਾਉਂਟੀ ਤੋਂ ਤੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਕੋਲੋਂ 0.22 ਕੈਲੀਬਰ ਦੀ ਰਾਈਫਲ ਵੀ ਸੀ ਜਿਹੜੀ ਕੋਨ ਕਿਸੇ ਦੇ ਘਰ ਦੇ ਗਰਾਜ ਦੇ ਵਿੱਚੋਂ ਚੋਰੀ ਕੀਤੀ ਸੀਗੀ ਕੇ 9 ਯੂਨਿਟ ਨੇ ਉਹਨੂੰ ਜਿਹੜਾ ਕੱਟਿਆ ਵੀ ਤੇ ਉਸ ਨੂੰ ਜਿਹੜਾ ਟਾਇਆ ਸੋ ਪੁਲਿਸ ਨੇ ਜੋ ਡੌਗ ਆ ਉਹਨਾਂ ਦਾ ਹੁੰਦਾ ਕੇ 9 ਯੂਨਿਟ ਉਹਦੀ ਹੈਲਪ ਦੇ ਨਾਲ ਇਸ ਗੈਦੀ ਨੂੰ ਜੋ ਭੱਜ ਗਿਆ ਸੀ ਉਸ ਨੂੰ ਫੜਿਆ ਹੈਗਾ ਤੇ ਬਹੁਤ ਜ਼ਿਆਦਾ ਜੋਰ ਉੱਥੇ ਦੀ ਪੁਲਿਸ ਦਾ ਲੱਗਾ ਉਹਨਾਂ ਨੇ ਸੋਨਾਰ ਜਿਦਾ ਹੀਟ ਡਿਟੈਕਸ਼ਨ ਵਾਲੇ ਇਕੁਪਮੈਂਟ ਉਹ ਸਾਰੇ ਜਿਹੜੇ ਆ ਯੂਜ਼ ਕੀਤੇ ਹੈਗੇ ਆ ਇੱਕ ਘਰ ਦੇ ਵਿੱਚ ਕਹਿੰਦੇ ਅਲਾਰਮ ਚੱਲਿਆ ਸੀ ਤੇ ਉੱਥੇ ਜਦੋਂ ਜਾ ਕੇ ਦੇਖਿਆ ਤੇ ਉੱਥੋਂ ਨਹੀਂ ਲੱਭ ਸਕਿਆ ਪਰ ਉਸਨੇ ਕੋਸ਼ਿਸ਼ ਉਸ ਘਰ ਚ ਕੀਤੀ ਸੀ ਪਰ ਫਿਰ ਬਿਲਕੁਲ ਲੱਗਿਓ ਹੀ ਉਹ ਜਿਹੜਾ ਫੜਿਆ ਗਿਆ ਹੈਗਾ ਲਾ ਇਨਫੋਰਸਮੈਂਟ ਨੇ ਕਹਿੰਦੇ ਬਹੁਤ ਵਧੀਆ ਜੌਬ ਕੀਤੀ ਆ ਪਿਛਲੇ 14 ਦਿਨਾਂ ਤੋਂ ਸੌਆਂ ਦੀ ਗਿਣਤੀ ਦੇ ਵਿੱਚ ਇਸ ਕੈਦੀ ਨੂੰ ਲੱਪਣ ਲੱਗੇ ਹੋਏ ਸੀ ਤੇ ਲੱਪਣ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੇ ਟੈਬਰਾ ਬਰੈਂਡੋ ਜੋ ਇਹਦੀ ਗਰਲਫ੍ਰੈਂਡ ਸੀ ਐਕਸ ਗਰਲਫ੍ਰੈਂਡ ਸੀ ਜਿਸ ਨੂੰ ਇਸਨੇ 2021 ਦੇ ਵਿੱਚ ਮਾਰ ਦਿੱਤਾ ਸੀ ਉਸਦੇ ਪਰਿਵਾਰ ਨੂੰ ਪੁਲਿਸ ਵਾਲਿਆਂ ਨੇ ਦੱਸਿਆ 38 ਵਾਰੀ ਇਸਨੇ ਸਟੈਬ ਕੀਤਾ ਸੀ ਉਸ ਲੇਡੀ ਨੂੰ ਜੋ ਬਰੈਂਡਾ ਉਹ ਕਰਕੇ ਜਿਹਦਾ ਨਾਮ ਆ ਇਨ ਫਰੰਟ ਆਫ ਦੋ ਜੰਕਟਸ ਇਹ ਦੋ ਬੱਚੇ ਜਿਹੜੇ ਸੀ ਉਹਨਾਂ ਦੇ ਬਿਲਕੁਲ ਸਾਹਮਣੇ ਦੇਖੋ ਹੁਣ ਤਾਂ ਜਿਹੜਾ ਹਰਜੋਸ ਸਿੰਘ ਜੀ ਜਰੂਰ ਸ਼ਾਬਾਸ਼ੀ ਦੇ ਰਿਹਾ ਲਾਫੋਰਸਮੈਂਟ ਵਾਲੇ ਬਸੇ ਨਿਕਲੇ ਆ ਵੀ ਉਹਨਾਂ ਦੇ ਹੱਥਾਂ ਚੋਈਆਂ 12 ਦਿਨ ਮੈਨ ਹੰਟ ਜਿਹੜਾ ਉਹ ਚੱਲਦਾ ਰਿਹਾ ਦੇਖੋ ਕਿੰਨੇ ਰਿਸੋਰਸਸ ਲੱਗੇ ਇਸਤੇ ਉੱਤੇ ਸੈਂਕੜੇ ਜਿਹੜੇ ਬਾਅਦ ਚ ਲਾਫੋਰਸਮੈਂਟ ਅਫਸਰਾਂ ਨੂੰ ਇਸਤੇ ਵਿੱਚ ਇਨਵੋਲਵ ਹੋਣਾ ਪਿਆ FBI US ਬਾਰਡਰ ਪੈਟਰੋਲ ਇਹਨਾਂ ਨੇ ਵੀ ਆਪਣੇ ਜਿਹੜੇ ਰਿਸੋਰਸਸ ਇਸ ਨੂੰ ਫੜਨ ਦੇ ਲਈ ਲਗਾਏ ਹੋਏ ਸੀਗੇ ਸੋ 30 ਮੀਲ ਫਿਲਡਲਫੀਆ ਤੋਂ ਵੈਸਟ ਵਾਲੇ ਪਾਸੇ ਉੱਥੇ ਜਿਹੜਾ ਲੰਬਾ ਕਹਿੰਦੇ ਵੀ ਇਸ ਦਾ ਹੀਟ ਸਿਗਨਲ ਡਿਟੈਕਟ ਕੀਤਾ ਗਿਆ ਸੀਗਾ ਏਅਰਕ੍ਰਾਫਟ ਦੇ ਦੁਆਰਾ ਫੈਡਰਲ ਲਾਇਨਫੋਰਸਮੈਂਟ ਏਅਰਕ੍ਰਾਫਟ ਸੀਗਾ ਉਹਨਾਂ ਨੇ ਬੁੱਧਵਾਰ ਨੂੰ ਤੜਕੇ ਸਵੇਰੇ ਇਸ ਦਾ ਹੀਟ ਸਿਗਨਲ ਡਿਟੈਕਟ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਵੀ ਪਤਾ ਲੱਗਾ ਵੀ ਕੋਈ ਉੱਥੇ ਹੈਗਾ ਆ ਤੇ ਇਵੈਂਚੁਅਲੀ ਇਹ ਉਹੀ ਬੰਦਾ ਨਿਕਲਿਆ ਜਿਹੜਾ ਭਗੌੜਾ ਹੋਇਆ ਸੀ ਜਿਹੜਾ ਜੇਲ੍ਹ ਚੋਂ ਫਰਾਰ ਹੋ ਗਿਆ ਸੀ ਡਨੀਲੋ ਕਾਬਲ ਕੈਂਟੇ 31 ਅਗਸਤ ਦਾ ਇਹ ਫਰਾਰ ਸੀ ਦੋ ਹਫਤੇ ਫਿਲਡਲਫੀਆ ਦੇ ਸਬਅਰਬਸ ਦੇ ਵਿੱਚ ਉਹ ਭੱਜਦਾ ਰਿਹਾ ਹੈਗਾ ਆ ਅਖੀਲੇ ਕੈਂਟਿਆਂ ਦੇ ਵਿੱਚ ਕਹਿੰਦੇ ਵੀ ਜਾ ਕੇ ਇਹ ਸਾਰਾ ਕੁਝ ਸਿਰੇ ਜਿਹੜਾ ਉਹ ਚੜਿਆ ਹੁਣ ਮਿਲਦਾ ਇਸ ਨੂੰ ਚੰਗੀਆਂ ਜਿਹੜਾ ਚੱਜ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹਨੂੰ ਕੈਦ ਕਰਕੇ ਜਿਹੜੇ ਰੱਖਣਗੇ ਬ੍ਰਾਜ਼ੀਲ ਦਾ ਰਹਿਣ ਵਾਲਾ ਸੀਗਾ ਆਪਾਂ ਪਹਿਲੋਂ ਵੀ ਦੱਸਿਆ ਸੀਗਾ ਤੇ ਆ ਇੱਕ ਮਰਡਰ ਦੇ ਵਿੱਚ ਇਹ ਸੀਗਾ ਉਦੋਸ਼ੀ ਸੀਗਾ ਤੇ ਉਥੋਂ ਇਹ ਜਿਹੜਾ ਦੌੜ ਰਿਹਾ ਸੀਗਾ ਸੋ ਕੰਮ ਇਹਨਾਂ ਨੇ ਜਿਹੜਾ ਕੀਤਾ ਫੜ ਲਿਆ ਆ ਪਰ ਕਿਤੇ ਨਾ ਕਿਤੇ ਨਮੋਸ਼ੀ ਵੀ ਜਣੀ ਹੋਈ ਆ ਵੀ ਇਹਨਾਂ ਦੇ ਹੱਥਾਂ ਚੋਂ ਕਿੱਦਾਂ ਇਹ ਪਹਿਲਾਂ ਤਿਲਕ ਗਿਆ ਅਗਲੀ ਹਾਂ ਜੀ ਜੀ ਕਪਲੇ ਕੰਟੀ ਦੀ ਜਿਹੜੀ ਮਾਤਾ ਆ ਉਸਨੇ ਕਹਿੰਦੇ ਭਈ ਪੁਰਤਗੀਜ਼ ਲੈਂਗੁਏਜ ਚ ਉਹਨੂੰ ਸਿਲੈਂਡਰ ਕਾਂਦੇ ਲੈ ਗਿਆ ਸੀ ਇਸ ਤੋਂ ਬਿਨਾ ਕੈਲੀ ਕੰਟਰੀ ਦੀ ਇੱਕ ਭੈਣ ਨੂੰ ਯੂਐਸਡੀ ਇਮੀਗ੍ਰੇਸ਼ਨ ਦੇ ਕਸਟਮ ਐਨਫੋਰਸਮੈਂਟ ਨੇ ਵੀ ਰੀਟੇਨ ਕੀਤਾ ਹੋਇਆ ਉਹ ਰਿਪੋਰਟੇਸ਼ਨ ਪ੍ਰोसीडिंग ਚ ਆਲਰੇਡੀ ਹੈ ਜੋ ਫੜਨਾ ਚਾਹੁੰਦੇ ਮਤਲਬ ਫੜ ਸਕਦੇ ਆ ਕਯੂਰੀ ਢਿਲ ਜਿਹੜੀ ਆ ਕੋ ਦੇ ਰੱਖ